ਹਾਂਜੀ ਹੈਲੋ ਦੋਸਤੋ ਸਵਾਗਤ ਕਰਦੀ ਹਾਂ ਤੁਹਾਡਾ ਅਰੋੜਾ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਤਾਂ ਦੇਖੋ ਜਿੱਦਾਂ ਆਪਾਂ ਮਾਸਟਰ ਗਾਈਡਰ ਬੋਟਨੀ ਤੇ ਜ਼ੂਲੋਜੀ ਨੂੰ ਡੀਲ ਕਰਕੇ ਚੱਲ ਰਹੇ ਹਾਂ ਤਾਂ ਕੁਝ ਕੁਝ ਟੌਪਿਕ ਇਦਾਂ ਦੇ ਹੁੰਦੇ ਆ ਹਨਾ ਜਿਨ੍ਹਾਂ ਨੂੰ ਸਮਝਣਾ ਥੋੜਾ ਮੁਸ਼ਕਿਲ ਹੋ ਜਾਂਦਾ ਠੀਕ ਹੈ ਕੁਝ ਬੱਚੇ ਨਾਨ ਮੈਡੀਕਲ ਬੈਕਗ੍ਰਾਉਂਡ ਦੇ ਤਾਂ ਵੀ ਕਹਿ ਸਕਦੇ ਆ ਹਨਾ ਕੁਝ ਮੈਡੀਕਲ ਦੇ ਹੋ ਕੇ ਵੀ ਕਈ ਵਾਰ ਕਨਸੈਪਟ ਨਹੀਂ ਕਲੀਅਰ ਹੁੰਦੇ ਠੀਕ ਹੈ ਤਾਂ ਇੰਨਾ ਹੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਹੀ ਸਭ ਤੋਂ ਟਫ ਜਿਹੜੇ ਟੌਪਿਕ ਹੋਣਗੇ ਉਹਨਾਂ ਨੂੰ ਟ੍ਰਿਕਸ ਨਾਲ ਕਵਰ ਕਰਵਾਉਣ ਲਈ ਮੈਂ ਇਹ ਸੀਰੀਜ਼ ਜਿਹੜੀ ਹੈ ਸਟਾਰਟ ਕੀਤੀ ਹੈ ਓਕੇ ਵੀਕਲੀ ਤੁਹਾਨੂੰ ਇੱਕ ਵੀਡੀਓ ਇਦਾਂ ਦੀ ਜ਼ਰੂਰ ਮਿਲਿਆ ਕਰੇਗੀ ਜਿੱਦਾਂ ਅੱਜ ਦਾ ਆਪਣਾ ਟੌਪਿਕ ਰਹਿਣ ਵਾਲਾ PS1 ਐਂਡ PS2 ਫੋਟੋ ਸਿਸਟਮ ਠੀਕ ਹੈ ਜੀ PS1 ਐਂਡ PS2 ਫੋਟੋ ਸਿਸਟਮ ਬੋਟਨੀ ਦਾ ਸਭ ਤੋਂ ਖਤਰਨਾਕ ਟੌਪਿਕ ਮੰਨਿਆ ਜਾਂਦਾ ਹੈ ਇਹਦੇ ਅੰਦਰ ਡਿਫਰੈਂਸ ਜਿਹੜਾ ਹੈ ਉਹ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਖਿਰ ਕਿਵੇਂ ਕਿੱਥੋਂ PS1 ਵਰਕ ਕਰ ਰਿਹਾ ਕਿਹੜਾ ਰਿਐਕਸ਼ਨ ਸੈਂਟਰ ਆਏਗਾ ਕਿਹੜਾ ਨਹੀਂ ਆਏਗਾ ਓਕੇ ਤਾਂ ਕਰਕੇ ਇਸ ਚੀਜ਼ ਨੂੰ ਅੱਜ ਆਪਾਂ ਬਿਲਕੁਲ ਖਲਾਸ ਕਰਾਂਗੇ ਇੱਕ ਸਟੋਰੀ ਦੇ ਨਾਲ ਹਨਾ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਟ੍ਰਿਕੀ ਮੈਮ ਤੁਹਾਡੇ ਸਾਹਮਣੇ ਹਾਜ਼ਰ ਹੈ ਅੱਜ ਇੱਕ ਨਿਊ ਸਟੋਰੀ ਲੈ ਕੇ ਤਾਂ ਅੱਜ ਦੀ ਸਟੋਰੀ ਦੇ ਵਿੱਚ ਆਪਣੇ ਕੋਲ ਦੋ ਜਣੇ ਠੀਕ ਹੈ ਅੱਜ ਦੀ ਸਟੋਰੀ ਦੇ ਵਿੱਚ ਦੋ ਜਣੇ ਹੈ ਇੱਕ ਹੈ ਹਮਾਰੀ ਚਮਕੋ ਔਰ ਦੂਸਰਾ ਹੈ ਹਮਾਰਾ ਚਿੰਟੂ ਚਿੰਟੂ ਤਾਂ ਫੇਮਸ ਸੀਗਾ ਹੀ ਸੀਗਾ ਹਨਾ ਤਾਂ ਚਿੰਟੂ ਕਹਿੰਦਾ ਮੇਰੇ ਨਾਲ ਕੋਈ ਜੋੜੀ ਤਾਂ ਬਣਾਓ ਤਾਂ ਜੋੜੀ ਬਣਾਤੀ ਚਮਕੋ ਦੀ ਕਿਹਦੀ ਜੋੜੀ ਬਣਾਤੀ ਚਮਕੋ ਦੀ ਓਕੇ ਤਾਂ ਹੁਣ ਚਮਕੋ ਔਰ ਚਿੰਟੂ ਇਹ ਦੋਨੋਂ ਇਸ਼ਿਕਾ ਮੈਮ ਕੇ ਸਟੂਡੈਂਟ ਹੈ ਭਈਆ ਕਿਆ ਹੈ ਇਹ ਦੋਨੋਂ ਇਸ਼ਿਕਾ ਮੈਮ ਕੇ ਸਟੂਡੈਂਟਸ ਹੈ ਹਨਾ ਅਬ ਆਪ ਖੁਦ ਬਤਾ ਸਕਤੇ ਹੋ ਅਗਰ ਇਹ ਇਸ਼ਿਕਾ ਮੈਮ ਕੇ ਸਟੂਡੈਂਟ ਹੈ ਤਾਂ ਇਨਕਾ ਰਿਸਪੌਂਸ ਕੈਸਾ ਹੋਗਾ ਇਨਕਾ ਰਿਜ਼ਲਟ ਕੈਸਾ ਹੋਗਾ ਜਲਦੀ ਸੇ ਕਮੈਂਟਸ ਮੇਂ ਬਤਾਏਂਗੇ ਕੈਸਾ ਰਿਜ਼ਲਟ ਹੋਗਾ ਇਹ ਤੋ ਫਸਟ ਆਏਂਗੇ ਹਨਾ ਤੋ ਇਨ ਦੋਨੋਂ ਕਾ ਨਾ ਮੈਨੇ ਇੱਕ ਟੈਸਟ ਲਿਆ ਇਨ ਦੋਨੋਂ ਕਾ ਮੈਨੇ ਕਿਆ ਕੀਆ ਟੈਸਟ ਲਿਆ ਇੱਕ ਤਰਫ ਮੇਰੀ ਚਮਕੋ ਇੱਕ ਤਰਫ ਮੇਰਾ ਚਿੰਟੂ ਓਕੇ ਚਲੋ ਜੀ ਤੋ ਮੈਨੇ ਜਬ ਇਸਕਾ ਟੈਸਟ ਲਿਆ ਤੋ ਅਬ ਸਮਝਤੇ ਹੈ ਇੱਕ ਤਰਫ ਹੈ PS1 ਦੂਸਰੀ ਤਰਫ ਹੈ PS2 ਦੂਸਰੀ ਤਰਫ ਕਿਆ ਹੈ PS2 PS1 ਹੈ ਮੇਰੀ ਚਮਕੋ PS1 ਹੈ ਮੇਰੀ ਚਮਕੋ PS2 ਹੈ ਮੇਰਾ ਚਿੰਟੂ PS2 ਕੌਣ ਹੈ ਮੇਰਾ ਚਿੰਟੂ ਓਕੇ ਅਬ ਮੈਨੇ ਇਨਕਾ ਟੈਸਟ ਲਿਆ ਬਈ ਟੈਸਟ ਥਾ 700 ਨੰਬਰ ਕਾ ਕਿਤਨੇ ਨੰਬਰ ਕਾ ਟੈਸਟ ਥਾ 700 ਨੰਬਰ ਕਾ ਤੋ ਚਮਕੋ ਨੇ ਸਕੋਰ ਕੀਏ ਹੈ 700 ਮੇ ਸੇ 700 ਨੰਬਰ ਪਹਿਲਾ ਪੁਆਇੰਟ ਰਿਐਕਸ਼ਨ ਸੈਂਟਰ PS1 ਕਾ ਹੋਗਾ P700 ਕਿਤਨਾ ਹੋਗਾ P700 ਔਰ ਹਮਾਰਾ ਚਿੰਟੂ ਬਈ ਆਪਕੋ ਕਿਆ ਲਗਤਾ ਅਗਰ ਇਹ ਫਸਟ ਆਇਆ ਹੈ ਤੋ ਇਸ਼ਿਕਾ ਮੈਮ ਕਾ ਸਟੂਡੈਂਟ ਹੈ ਇਹ ਫੇਲ ਥੋੜੀ ਨਾ ਹੁਆ ਹੋਗਾ ਇਸਨੇ ਕੇਵਲ 20 ਅੰਕ ਕਮ ਪ੍ਰਾਪਤ ਕੀਏ ਹੈ ਇਸਕਾ ਰਿਐਕਸ਼ਨ ਸੈਂਟਰ ਕਿਤਨਾ ਹੋਤਾ ਹੈ P680 680 ਨੰਬਰ ਓਕੇ ਇਸਨੇ 700 ਨੰਬਰ ਸਕੋਰ ਕੀਏ ਇਸਨੇ 680 ਨੰਬਰ ਸਕੋਰ ਕੀਏ ਹਨਾ ਪਰ ਭਈ 20 ਨੰਬਰ ਕਮ ਤੋਂ ਕਮ ਹੀ ਹੈ ਹਨਾ ਤੋ ਹਮਨੇ ਸੋਚਾ ਵੀ ਜੋ ਬੱਚਾ ਅਬ ਫਸਟ ਆਇਆ ਹੈ ਇਸੇ ਅਬ ਕੋਈ ਨਾ ਕੋਈ ਅਪਰਚੁਨਿਟੀ ਤੋ ਦੇਣੀ ਪੜੇਗੀ ਤੋ ਇਨਕੋ ਬੋਲਾ ਗਿਆ ਕਿ ਆਪ ਆਪਣੇ ਸਬਜੈਕਟ ਚੂਜ਼ ਕਰੋ ਕਿਆ ਬੋਲਾ ਗਿਆ ਆਪਣੇ ਸਬਜੈਕਟ ਚੂਜ਼ ਕਰੋ ਤੋ ਚਮਕੋ ਕੋ ਬੋਲਾ ਕਿ ਤੂੰ ਫਸਟ ਆਈ ਹੈ ਨਾ ਤੂੰ ਆਪਣੇ ਪਸੰਦ ਕੇ ਦੋ ਸਬਜੈਕਟ ਚੂਜ਼ ਕਰ ਠੀਕ ਹੈ ਤੂੰ ਆਪਣੇ ਪਸੰਦ ਕੇ ਦੋ ਸਬਜੈਕਟ ਚੂਜ਼ ਕਰ ਤੋ ਯਾਨੀ ਕਿ ਆਪਣਾ ਟੌਪਿਕ ਪੜ ਰਹੇ ਹੈ PS1 ਸਿਸਟਮ ਕਿਸਕੇ ਅੰਦਰ ਹੋਤਾ ਹੈ ਜੀ ਸਬਸੇ ਪਹਿਲੇ ਇੱਕ ਇਸਤਾ ਇਹ ਸਟ੍ਰੋਮਲ ਲੈਮਿਲਾਈ ਮੇ ਕਹਾਂ ਪੇ ਸਟ੍ਰੋਮਲ ਲੈਮਿਲਾ ਮੇ ਐਂਡ ਦੂਸਰਾ ਗ੍ਰੈਨਾ ਮੇ ਇਸਕੋ ਦੋ ਸਬਜੈਕਟ ਚੂਜ਼ ਕਰਨੇ ਕੋ ਮਿਲੇ ਪਰ ਇਸਕੋ ਵਿਚਾਰੀ ਚਿੰਟੂ ਕੋ ਬੋਲਾ ਕਿ ਨਾ ਭਈ 20 ਨੰਬਰ ਕਮ ਆਏ ਹੈ ਇੱਕ ਹੀ ਸਬਜੈਕਟ ਆਪਣੀ ਪਸੰਦ ਕਾ ਚੂਜ਼ ਕਰ ਤੋ ਇਹ ਸਿਰਫ ਔਰ ਸਿਰਫ ਗ੍ਰੈਨਾ ਮੇ ਹੋਤਾ ਹੈ ਕਿਸ ਮੇ ਹੋਤਾ ਹੈ ਸਿਰਫ ਔਰ ਸਿਰਫ ਗ੍ਰੈਨਾ ਮੇ ਹੋਤਾ ਹੈ ਚਲੋ ਜੀ ਇਹ ਕਹਾਣੀ ਵੀ ਸਮਝ ਆਈ ਉਸਕੇ ਬਾਅਦ ਇਸਕੋ ਬੋਲਾ ਕਿ ਹਾਂ ਭਈ ਤੂੰ ਫਸਟ ਆਈ ਹੈ ਇਤਨੀ ਤੂਨੇ ਮਿਹਨਤ ਕੀ ਹੈ ਤੂੰ ਕਿਆ ਕਰ ਤੂੰ ਕਿਆ ਕਰ ਤੂੰ ਜਾ ਕੇ ਕਹੀਂ ਪੇ ਵੀ ਘੂਮਾ ਠੀਕ ਹੈ ਤੂੰ ਜਾ ਕੇ ਕਹੀਂ ਪੇ ਵੀ ਘੂਮ ਕੇ ਆ ਜਾ ਫਟਾਫਟ ਸੇ ਤੇਰੇ ਕੋ ਕੋਈ ਮਨਾਹੀ ਨਹੀਂ ਹੈ ਤੇਰੇ ਕੋ ਕੋਈ ਮਨਾਹੀ ਨਹੀਂ ਹੈ ਤੂੰ ਘੂਮ ਆਪਣਾ ਜਹਾਂ ਘੂਮਣਾ ਹੈ ਨਾ ਤੋ ਇਸੀ ਲਈ ਇਸਕੇ ਲਈ ਹਮ ਵਰਡ ਯੂਜ਼ ਕਰ ਰਹੇ ਹਾਂ ਨੋਨ ਅਪਰੈਸਡ ਨੋਨ ਅਪਰੈਸਡ ਮਤਲਬ ਜਿਸਕੇ ਉੱਪਰ ਕੋਈ ਪ੍ਰੈਸ਼ਰ ਨਹੀਂ ਹੈ ਆਪਣੀ ਮਰਜ਼ੀ ਸੇ ਕਹੀਂ ਪਰ ਵੀ ਜਾ ਸਕਤਾ ਹੈ ਔਰ ਵਿਚਾਰਾ ਚਿੰਟੂ ਬਈ 20 ਨੰਬਰ ਕਮ ਆਇਆ ਤੂੰ ਬੈਠ ਕੇ ਘਰ ਪੇ ਪੜ ਤੇਰੇ 20 ਨੰਬਰ ਕਮ ਨਹੀਂ ਆਨੇ ਚਾਹੀਏ ਮਤਲਬ ਉਸਕੋ ਅਪਰੈਸ ਕਰ ਦਿਆ ਕਿਆ ਕਰ ਦਿਆ ਹੈ ਉਸਕੋ ਅਪਰੈਸਡ ਕੰਡੀਸ਼ਨ ਮੇ ਰੱਖ ਦਿਆ ਹੈ ਓਕੇ ਅਬ ਇਸਕੋ ਬੋਲਾ ਬਈ ਤੂੰ ਇਹਨੇ 20 ਨੰਬਰ ਜ਼ਿਆਦਾ ਸਕੋਰ ਕੀਏ ਫਸਟ ਆਈ ਹੈ ਮੈਂ ਤੇਰੇ ਕੋ ਗਿਫਟ ਦੇ ਰਹੀ ਹੂੰ ਕਿਆ ਦੇ ਰਹੀ ਹੂੰ ਮੈਂ ਤੇਰੇ ਕੋ ਗਿਫਟ ਦੇ ਰਹੀ ਹੂੰ ਤੋ ਚਮਕੋ ਕੋ ਮੈਨੇ ਗਿਫਟ ਦੇ ਦਿਆ ਬਈ NADPH2 ਕੌਨ ਸਾ ਗਿਫਟ ਦੇ ਦਿਆ ਹੈ NADPH2 ਕੀ ਫਰਮੇਸ਼ਨ ਹੋਗੀ ਕਹਾਂ ਪੇ PS1 ਕੇ ਅੰਦਰ ਪਰ ਚਿੰਟੂ ਕੋ ਬੋਲਾ 20 ਨੰਬਰ ਕਮ ਆਏ ਹੈ 20 ਨੰਬਰ ਤੇਰੇ ਕੋ ਕੋਈ ਗਿਫਟ ਨਹੀਂ ਮਿਲਨੇ ਵਾਲਾ ਮਤਲਬ ਯਹਾਂ ਪੇ NADPH2 ਕੀ ਫਰਮੇਸ਼ਨ ਨਹੀਂ ਹੋਗੀ NADPH2 ਕੀ ਫਰਮੇਸ਼ਨ ਯਹਾਂ ਪੇ ਨਹੀਂ ਹੋਗੀ ਅਬ ਤੋ ਭਈ ਆ ਗਿਆ ਚਿੰਟੂ ਕੋ ਗੁੱਸਾ ਹਮਾਰਾ ਚਿੰਟੂ ਇਤਨਾ ਗੁੱਸੇ ਮੇ ਕਹਤਾ ਦੋ ਸਬਜੈਕਟ ਚੂਜ਼ ਕਰਨੇ ਕੋ ਉਸਕੋ ਦੇ ਦਿਏ ਖੁੱਲੇ ਮੇ ਘੁੰਮਨੇ ਕੋ ਉਸਕੋ ਦੇ ਦਿਆ NADPH2 ਕਾ ਗਿਫਟ ਵੀ ਇਸਕੋ ਦੇ ਦਿਆ ਭਈ ਪਾਸ ਮੇ ਜਗ ਪੜਾ ਥਾ ਕਿਆ ਪੜਾ ਥਾ ਪਾਣੀ ਸੇ ਭਰਾ ਹੁਆ ਜਗ ਭਈ ਚਿੰਟੂ ਨੇ ਤੋ ਤੋੜ ਦਿਆ ਮਤਲਬ ਸਪਲਿਟਿੰਗ ਆਫ ਵਾਟਰ ਕਿਆ ਹੋਗਾ ਸਪਲਿਟ
ਹੀਟਿੰਗ ਆਫ ਵਾਟਰ ਪਾਣੀ ਟੁੱਟੇਗਾ ਕਹਾਂ ਪੇ ਪੀਐਸ2 ਕੇ ਅੰਦਰ ਪਰ ਪੀਐਸ1 ਤੋਂ ਵਿਚਾਰਾ ਸ਼ਾਂਤ ਬੈਠਾ ਹੈ ਯਾਨੀ ਕਿ ਯਹਾਂ ਪੇ H2O ਸਪਲਿਟ ਨਹੀਂ ਹੋਗਾ ਠੀਕ ਹੈ ਜੀ ਅਬ ਇਹ ਬਈ ਜਬ ਗੁੱਸਾ ਆ ਗਿਆ ਟੀਚਰ ਨੇ ਸੋਚਿਆ ਬਈ ਮੈਨੇ ਤੋ ਗਿਫਟ ਦੇ ਕੇ ਨੰਬਰ ਨੰਬਰ ਜ਼ਿਆਦਾ ਦੇ ਕੇ ਬਹੁਤ ਬੜੀ ਗਲਤੀ ਕਰ ਲਈ ਹੈ ਨਾ ਇਸ਼ਿਕਾ ਮੈਮ ਤੋ ਡਰ ਗਈ ਅਬ ਇਸ਼ਿਕਾ ਮੈਮ ਨੇ ਕਹਾ ਕਿ ਚਲੋ ਬਈ ਮੈਂ ਤੁਮ ਦੋਨੋਂ ਕੋ ਇੱਕ ਚੀਜ਼ ਸੇਮ ਦੇ ਰਹੀ ਹੋ ਤੁਮ ਦੋਨੋਂ ਏਟੀਪੀ ਬਣਾਓ ਏਟੀਪੀ ਤੁਮ ਦੋਨੋਂ ਜਣੇ ਬਣਾਓ ਤੋ ਯਾਨੀ ਕਿ ਏਟੀਪੀ ਕੌਣ ਕੌਣ ਬਣਾਏਗਾ ਦੋਨੋਂ ਬਣਾਏਗੇ ਏਟੀਪੀ ਫਾਰਮੇਸ਼ਨ ਦੋਨੋਂ ਕੇ ਅੰਦਰ ਹੋਗੀ ਅਬ ਹਮਾਰੀ ਚਮਕੋ ਰੁਸ ਗਈ ਬਈ ਹੈ ਮੈਂ ਤੋ ਮਨਾਉਂਦੀ ਰਹਿ ਗਈ ਚਮਕੋ ਕਹਤੀ ਮੈਮ ਮੈਨੇ 20 ਨੰਬਰ ਜ਼ਿਆਦਾ ਸਕੋਰ ਕੀਏ ਹੈ 20 ਨੰਬਰ ਆਪ ਕੈਸੇ ਏਟੀਪੀ ਦੋਨੋਂ ਤੋ ਆਪ ਦੋਨੋਂ ਕੋ ਦੇ ਰਹੇ ਹੋ ਹੈ ਮੇਰਾ ਕਿਆ ਫਾਇਦਾ ਮੈਂ ਤੋ ਅੱਗੇ ਸੇ ਕਮ ਪੜਾ ਕਰੂੰਗੀ ਫਿਰ ਮੈਨੇ ਸੋਚਾ ਇਹ ਵੀ ਬਾਤ ਸਹੀ ਅਬੀ ਉਸਨੇ ਮਿਹਨਤ ਜ਼ਿਆਦਾ ਕੀ ਹੈ ਫਿਰ ਮੈਨੇ ਇਸਕੋ ਬੋਲਾ ਕਿ ਤੂੰ ਦੋ ਤਰੀਕੇ ਸੇ ਏਟੀਪੀ ਬਣਾ ਤੂੰ ਕਿਆ ਕਰ ਦੋ ਤਰੀਕੇ ਸੇ ਏਟੀਪੀ ਬਣਾ ਇੱਕ ਸਾਈਕਲਿਕ और दूसरा नॉन साइक्लिक दूसरा कौन सा नॉन साइक्लिक पर इसको यहाँ पे समझौता करना पड़ा मैंने कहा भाई तेरे को एटीपी का मौका दे रिया पर तू सिर्फ और सिर्फ एक तरह का एटीपी बनाएगा तू सिर्फ और सिर्फ एक तरीके का एटीपी बनाएगा वो कौन सा है नॉन साइक्लिक एटीपी कौन सा है नॉन साइक्लिक एटीपी भाई अब इनको मिली शांति अब पीएस2 बोला अब हमारा चिंटू बोला कि चलो भाई ठीक है एटीपी बनाने तो दिया एटीपी बनाने तो दिया तो इससे हमने सारे के सारे डिफरेंसेस जो है PS1 एंड PS2 के क्लियर कर लिए हैं चलो जी अब दोबारा मिलते हैं अपनी चमको एंड चिंटू से फटाफट रिवाइज करेंगे चमको हमारी है PS1 चिंटू हमारा है PS2 चिंटू कौन है हमारा PS2 ठीक है जी चमको ने 700 नंबर स्कोर किए इसका रिएक्शन सेंटर P700 जल्दी बोलेंगे इसने 20 नंबर कम स्कोर किए इसका आ गया 680 फर्स्ट आई तो इसको क्या बोला दो सब्जेक्ट चूज करो स्ट्रोमल लैमिलाई में होगा ग्रैना में होगा इसको बोला केवल एक सब्जेक्ट मिलेगा यानी ग्रैना मिलेगा इसको हमने बाहर भेजने के लिए भेज दिया है ना बाहर घूमने के लिए भेज दिया तो ये है नॉन अप्रेस्ड और इसको बंद कर दिया ये हो गया अप्रेस्ड उसके बाद इसको गिफ्ट भी दिया कौन सा NADPH2 कौन सा गिफ्ट दे दिया NADPH2 इसको कोई गिफ्ट नहीं दिया अब आया गुस्सा यहाँ पे पानी टूट गया में कोई चेंजेस नहीं आएंगे ठीक है अब सोचा कि दोनों को कुछ ना कुछ सेम देना पड़ेगा तो ATP ये भी बनाएगा एटीपी ये भी बनाएगा ये दो तरीके से बनाएगा साइक्लिक और नॉन साइक्लिक ये सिर्फ और सिर्फ बनाएगा नॉन साइक्लिक ये बनाएगा सिर्फ और सिर्फ नॉन साइक्लिक आई होप कि ये टॉपिक बिल्कुल खलास हो गया होगा ऐसी ही स्टोरीज के साथ किसी भी टॉपिक को समझना है तो कमेंट सेशन में जरूर लिख देना कि हाँ जी मैम हमें वीकली ऐसी वीडियो चाहिए हमें आ गया मजा ऐसी स्टोरीज के साथ कोई टॉपिक पढ़ा जा सकता है हमने कभी सोचा भी नहीं था आज मेरे गले की बैंड बजी हुई है पर मैंने ये टॉपिक करवाना था तो मैं करवा चुकी हूँ ओके समझ आया नहीं तो ये जरूर बता देना ओके जी बाय बाय टेक केयर ऑल द बेस्ट फॉर योर एग्जाम बाय